ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ। ਮੀਂਹ ਪੈਂਦਾ ਹੋਵੇ ਤੇ ਘਰ ਦੇ ਵਿੱਚ ਪੂੜੇ ਵੇਸਣ ਦੇ ਤੇ ਜਾਂ ਫਿਰ ਪਕੌੜੇ ਨਾ ਬਣਨੇ ਤਾਂ ਹੋ ਨਹੀਂ ਸਕਦਾ। ਤੇ ਚਲੋ ਆਪਾਂ ਅੱਜ ਵੇਸਣ ਦੇ ਪੂੜੇ ਬਣਾ ਰਹੇ ਹਾਂ। 2 ਕੌਲੀਆਂ ਆਪਾਂ ਵੇਸਣ ਦੀਆਂ ਲੈ ਲਈਆਂ, ਨਮਕ ਪਾ ਲਿਆ ਇਹਦੇ ਵਿੱਚ, ਹਲਦੀ ਪਾ ਲਾਂਗੇ ਥੋੜ੍ਹੀ ਜੀ, ਧਨੀਆ ਪਾਊਡਰ, ਲਾਲ ਮਿਰਚ ਪਾ ਲਈ ਥੋੜ੍ਹੀ ਜੀ, ਜੀਰਾ, ਥੋੜ੍ਹਾ ਜਿਹਾ ਬਿਲਕੁਲ ਥੋੜ੍ਹਾ ਜਿਹਾ ਗਰਮ ਮਸਾਲਾ ਪਾਵਾਂਗੇ ਇਹਦੇ ਵਿੱਚ, ਹਰੀਆਂ ਮਿਰਚਾਂ ਕੱਟ ਕੇ, 5 ਤੋਂ 6 ਹਰੀਆਂ ਮਿਰਚਾਂ ਕੱਟ ਕੇ ਬਰੀਕ ਬਰੀਕ, ਅਤੇ 4-5 ਪਿਆਜ਼ ਚੋਪਰ ਦੇ ਵਿੱਚ ਕਰਕੇ ਪਾਉਣੇ ਨੇ, ਕੱਟ ਕੇ ਨਹੀਂ ਪਾਉਣੇ। ਚੋਪਰ ਦੇ ਨਾਲ ਫਿਰ ਫਾਈਨ ਜੇ ਹੋ ਜਾਂਦੇ ਨੇ, ਬਰੀਕ ਜੇ ਵਧੀਆ, ਜਿਹੜੇ ਫਿਰ ਪਤਾ ਨਹੀਂ ਲੱਗਦਾ, ਅਤੇ ਕੱਟੇ ਹੋਇਆ ਹੁੰਦਾ ਥੋੜ੍ਹਾ ਜਿਹਾ ਔਖਾ ਜਿਹਾ ਹੋ ਜਾਂਦਾ, ਅਤੇ ਪੂੜਿਆਂ ਦੇ ਵਿੱਚ ਚੋਪਰ 'ਚ ਕੱਟ ਕੇ ਹੀ ਪਾਓ। ਅਤੇ 1/2 ਗਲਾਸ ਆਪਾਂ ਪਾਣੀ ਦਾ ਪਾ ਲਿਆ, ਅਤੇ ਇਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਤਾਂ ਜੋ ਵੇਸਣ ਦੀ ਕੋਈ ਗੱਠ ਨਾ ਰਹਿ ਜਾਵੇ। ਇਹਨੂੰ 2 ਤੋਂ 3 ਮਿੰਟ ਲੱਗਦੇ ਨੇ, ਵਧੀਆ ਜਿਹਾ ਬੈਟਰ ਤਿਆਰ ਕਰਨਾ ਆਪਾਂ। ਥੋੜ੍ਹਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾ ਲਿਆ, ਇੱਦਾਂ ਦੀ ਕੰਸਿਸਟੈਂਸੀ ਚਾਹੀਦੀ ਹੈ ਇਹਦੀ, ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ। ਜ਼ਰੂਰ ਘਰ ਦੇ ਵਿੱਚ ਟਰਾਈ ਕਰੋ, ਬੱਚਿਆਂ ਨੂੰ ਖਵਾਓ। ਵੇਸਣ ਦਾ ਇਸਤੇਮਾਲ ਡੇਲੀ ਰੂਟੀਨ ਦੇ ਵਿੱਚ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੁੰਦਾ ਵੇਸਣ, ਕਿਸੇ ਨਾ ਕਿਸੇ ਤਰੀਕੇ ਨਾਲ ਵੇਸਣ ਜ਼ਰੂਰ ਖਾਣਾ ਚਾਹੀਦਾ। ਅਤੇ ਆਪਾਂ ਹੁਣ ਤਵੇ 'ਤੇ ਤੇਲ ਲਗਾ ਕੇ ਗਰੀਸ ਕਰਕੇ ਤਵੇ ਨੂੰ, ਅਤੇ ਇਹ ਬੈਟਰ ਇਹਦੇ ਵਿੱਚ ਉੱਤੇ ਪਾ ਦਿੱਤਾ, ਅਤੇ ਕਿਸੇ ਹਾਰਡ ਜਿਹੇ ਸ਼ੀਟ ਨਾਲ ਤੁਸੀਂ ਇਹਨੂੰ ਫੈਲਾ ਦੇਣਾ। ਕੋਈ ਵੀ ਤੁਸੀਂ ਡਰਾਇੰਗ ਸ਼ੀਟ ਵੀ ਲੈ ਸਕਦੇ ਹੋ, ਕਾਗਜ਼ ਨੂੰ ਦੂਰਾ ਧੀਰਾ ਕਰਕੇ ਅਤੇ ਉਹਦੇ ਨਾਲ ਵੀ ਇਹਨੂੰ ਫੈਲਾ ਸਕਦੇ ਹੋ, ਕੜਛੀ ਨਾਲ ਵੀ ਫੈਲਾ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ। 2 ਤੋਂ 3 ਮਿੰਟ ਲੱਗਣਗੇ ਇਹਨੂੰ ਪੱਕਣ ਦੇ ਵਿੱਚ। ਹੁਣ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ, ਇਹਦੇ ਉੱਤੇ ਤੇਲ ਲਗਾਤਾ ਚਮਚੇ ਜਾਂ ਕਰਦ ਦੀ ਸਹਾਇਤਾ ਦੇ ਨਾਲ ਇਹਦੀਆਂ ਸਾਈਡਾਂ ਪਹਿਲਾਂ ਲਾ ਲੈਣੀਆਂ ਨੇ, ਫਿਰ ਖੁਰਚਣੇ ਨਾਲ ਇਹਨੂੰ ਥੱਲਣਾ ਸੌਖਾ ਹੋ ਜਾਊਗਾ। ਹੁਣ ਇਹਦੀ ਆਪਾਂ ਸਾਈਡ ਚੇਂਜ ਕਰ ਦਿੰਦੇ ਹਾਂ, ਇੱਕ ਸਾਈਡ ਤੋਂ ਪੱਕ ਗਿਆ ਪੂਰਾ। ਅਤੇ ਜ਼ਰੂਰ ਘਰ ਦੇ ਵਿੱਚ ਟਰਾਈ ਕਰਕੇ ਦੇਖਣ, ਆਮਲੇਟ ਤੋਂ ਵੀ ਵਧੀਆ ਟੇਸਟ ਆਉਂਦਾ ਇਹਦਾ। ਸ਼ੁੱਧ ਤਰੀਕੇ ਨਾਲ ਘਰ ਦੇ ਵਿੱਚ ਹੀ ਬਣਾ ਕੇ ਖਾਧਾ ਜਾਵੇ ਤਾਂ ਬਹੁਤ ਵਧੀਆ ਹੁੰਦਾ, ਸਾਰਿਆਂ ਨੂੰ ਬਹੁਤ ਵਧੀਆ ਪਸੰਦ ਆਉਂਦਾ। ਨਾਲੇ ਵੇਸਣ ਦੇ ਵਿੱਚ ਆਇਰਨ ਅਤੇ ਫਾਈਬਰ ਅਤੇ ਕਾਰਬੋਹਾਈਡਰੇਟ ਕਾਫੀ ਮਾਤਰਾ ਦੇ ਵਿੱਚ ਹੁੰਦਾ, ਜੋ ਆਪਣੀ ਬੋਡੀ ਲਈ ਬਹੁਤ ਵਧੀਆ ਕੰਮ ਕਰਦਾ। ਅਤੇ ਮੀਂਹ ਦੇ ਮੌਸਮ ਦੇ ਵਿੱਚ ਪੂੜੇ ਜ਼ਰੂਰ ਬਣਾਓ ਘਰ ਦੇ ਵਿੱਚ, ਬੱਚਿਆਂ ਨੂੰ ਖਵਾਓ, ਆਪ ਵੀ ਖਾਓ, ਵਿੱਚ ਚਾਹ ਦੇ ਨਾਲ ਇੰਜੋਏ ਕਰੋ ਮੈਨੂੰ ਵੀ। ਅਤੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਦੇ ਪੇਜ ਤੋਂ, ਜ਼ਰੂਰ ਪੇਜ ਨੂੰ ਫੋਲੋ ਕਰ ਲੈਣਾ। ਮੀਂਹ ਦੀ ਸਪੀਡ ਵੀ ਥੋੜ੍ਹੀ ਘੱਟ ਗਈ ਹੈ, ਬੱਦਲ ਹਜੇ ਬਣੇ ਹੋਏ ਨੇ, ਅਤੇ ਤੁਸੀਂ ਦੇਖਦੇ ਰਹੋ ਚਰਨਜੀਤ ਕਿਚਨ। ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਈ ਨਵੀਂ ਰੈਸਪੀ ਲੈ ਕੇ। ਧੰਨਵਾਦ ਜੀ।